ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਤੱਕ ਪਹੁੰਚਦਾ ਰਹੇ। ਵੀਰੋ ਵੀਡੀਓ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲੈਣ ਲਈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹ 7861 96625। ਬਾਕੀ ਤੁਹਾਡੇ ਕੋਲ ਕੋਈ ਵੀ ਸੰਦ ਬਕਾਊ ਆ ਤਾਂ ਉਸਦੀ ਐਡ ਤੁਸੀਂ ਯੂਟਿਊਬ 'ਤੇ ਪਾਉਣਾ ਚਾਹੁੰਦੇ ਹੋ ਤਾਂ ਉਸ ਦੀਆਂ 5 ਤੋਂ ਅਸੀਂ ਫੋਟੋਆਂ ਅਤੇ ਬਾਕੀ ਜਾਣਕਾਰੀ ਸਾਡੇ ਇਸ ਨੰਬਰ 'ਤੇ ਭੇਜ ਸਕਦੇ ਹੋ। ਹੁਣ ਗੱਲ ਕਰਦੇ ਹਾਂ ਵੀਰੋ ਮੋਟਰਸਾਈਕਲ ਬਾਰੇ। ਇਹ ਮੋਟਰਸਾਈਕਲ 2014 ਮਾਡਲ ਹੈ ਅਤੇ ਇਹਦੇ ਟਾਇਰ ਨੇ ਜੋ ਏਜੰਸੀ ਵੱਲੋਂ ਆਏ ਆ ਉਹ ਹੀ ਨਾਲ ਦੇ ਟਾਇਰ ਨੇ। ਬਹੁਤ ਘੱਟ ਹੈ ਜੋ ਮੋਟਰਸਾਈਕਲ ਚੱਲਿਆ ਹੋਇਆ, ਜ਼ਿਆਦਾ ਖੜ੍ਹੇ ਹੀ ਰਹੇ ਮੋਟਰਸਾਈਕਲ। ਆਉਣ ਤੋਂ ਬਾਅਦ ਹੋਂਡਾ ਕੰਪਨੀ ਦਾ ਮੋਟਰਸਾਈਕਲ ਹੈ ਅਤੇ ਆਲ ਓਰਿਜਨਲ ਹੈ, ਕੋਈ ਰੰਗ ਪੇਂਟ ਨਹੀਂ ਹੋਇਆ ਮੋਟਰਸਾਈਕਲ ਨੂੰ, ਕਿਤੋਂ ਐਕਸੀਡੈਂਟ ਨਹੀਂ ਅਤੇ ਕੋਈ ਸਕਰੈਚ ਵਗੈਰਾ ਨਹੀਂ ਹੈਗੇ। ਮੋਟਰਸਾਈਕਲ ਦੇ ਇੰਜਨ ਦੀ ਫੁੱਲ ਗਰੰਟੀ ਹੈ, ਚਲਾ ਕੇ ਚੈੱਕ ਕਰ ਸਕਦੇ ਹੋ ਮੋਟਰਸਾਈਕਲ ਤੁਸੀਂ, ਸਾਰੇ ਦੀ ਫੁੱਲ ਗਰੰਟੀ ਹੈ। ਕਾਗਜ਼ ਪੱਤਰ ਮੋਟਰਸਾਈਕਲ ਦੇ ਬਿਲਕੁਲ ਪੂਰੇ ਨੇ ਅਤੇ ਮੋਟਰਸਾਈਕਲ ਦੇ ਮਾਲਕ ਨੇ ਜੋ ਰੇਟ ਰੱਖਿਆ ਮੋਟਰਸਾਈਕਲ ਦਾ ਉਹ 42,000 ਰੁਪਏ ਅਤੇ ਉਹਦਾ ਏਰੀਆ ਜੋ ਉਹ ਫਗਵਾੜਾ ਏਰੀਏ ਦੇ ਵਿੱਚ ਖੜ੍ਹਾ ਮੋਟਰਸਾਈਕਲ ਹੈ ਅਤੇ ਮੋਟਰਸਾਈਕਲ ਦੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ ਉਹ 7098951121, ਜਿਸ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਸ ਮੋਟਰਸਾਈਕਲ ਖਰੀਦ ਸਕਦੇ ਹੋ ਅਤੇ ਜੇ ਮੋਟਰਸਾਈਕਲ ਸੰਬੰਧੀ ਹੋਰ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਇਸੇ ਨੰਬਰ 'ਤੇ ਫੋਨ ਕਰਕੇ ਕਰ ਸਕਦੇ ਹੋ। ਹੁਣ ਗੱਲ ਕਰਦੇ ਆਪਾਂ ਸ਼ਕਤੀਮਾਨ ਟਰੈਕਟਰ ਬਾਰੇ। ਇਹ ਟਰੈਕਟਰ ਵੀਰੋ ਕਿਸਾਨ ਵੀਰੋ 2006 ਮਾਡਲ ਹੈ ਅਤੇ ਇਹਦੇ ਅਗਲੇ ਟਾਇਰ ਨੇ ਜੋ ਉਹ ਬਿਲਕੁਲ ਨਵੇਂ ਨੇ ਅਤੇ ਮਾਗਲੇ ਟਾਇਰ 35 ਪੈਸੇ ਨੇ। ਟਰੈਕਟਰ ਦੇ ਗੇਅਰ ਇੰਜਨ ਪੰਪ ਦੀ ਫੁੱਲ ਗਰੰਟੀ ਹੈ, ਬਿਲਕੁਲ ਔਖੇ ਸਾਰਾ ਕੰਮ ਕਰਾਇਆ ਹੋਇਆ ਅਤੇ ਟਰੈਕਟਰ ਨੂੰ ਰੰਗ ਪੇਂਟ ਹੈ ਜੋ ਉਹ ਰੰਗ ਇਕੱਲੇ ਸ਼ੋਅ ਨੂੰ ਹੋਇਆ, ਬਾਕੀ ਸਾਰਾ ਰੰਗ ਓਰਿਜਨਲ ਹੈ ਅਤੇ ਬਾਕੀ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਵਧੀਆ ਚਲਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ। ਟਰੈਕਟਰ ਦਾ ਨੰਬਰ ਹੈ ਜੋ ਉਹ ਰਾਜਸਥਾਨ ਦਾ ਨੰਬਰ ਹੈ ਅਤੇ ਰਾਜਸਥਾਨ ਦੇ ਬੰਦੇ ਦੀ ਇਹ ਨਾਂ ਹੈ ਟਰੈਕਟਰ, ਹੁਣ ਪੰਜਾਬ 'ਚ ਹੈ ਟਰੈਕਟਰ ਇਸ ਸਮੇਂ। ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਕੋਈ ਕੱਟ ਵਗੈਰਾ ਨਹੀਂ ਟਾਇਰਾਂ ਵਿੱਚ, ਵਧੀਆ ਸਾਫ਼ ਟਾਇਰ ਨੇ ਅਤੇ ਟਰੈਕਟਰ ਦੇ ਮਾਲਕ ਵੀ ਨੇ ਟਰੈਕਟਰ ਦਾ ਰੇਟ ਰੱਖਿਆ 1,40,000 ਰੁਪਏ ਅਤੇ ਉਹਦਾ ਪਿੰਡ ਹੈ ਜੋ ਉਹ ਦੇਵ ਵਾਲਾ ਕਲਾਂ ਪਿੰਡ ਹੈ ਜੋ ਕਿ ਫਾਜ਼ਿਲ ਖਾਂ ਏਰੀਏ ਦੇ ਵਿੱਚ ਪੈਂਦਾ ਹੈ ਅਤੇ ਉਹਦਾ ਮੋਬਾਈਲ ਨੰਬਰ ਹੈ ਜੋ ਉਹ 91151 32,789, ਜਿਹਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ। ਹੁਣ ਗੱਲ ਕਰਦੇ ਕਿਸਾਨ ਵੀਰੋ ਆਪਾਂ ਰੋਟਾਵੀਟਰ ਬਾਰੇ। ਇਹ ਰੋਟਾਵੀਟਰ 2012 ਮਾਡਲ ਹੈ ਅਤੇ 7 ਫੁੱਟਾ ਰੋਟਾਵੀਟਰ ਹੈ। ਇਹ ਰੋਟਾਵੀਟਰ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ, ਪੂਰੀ ਵਧੀਆ ਕੰਡੀਸ਼ਨ, ਰੰਗ ਪੇਂਟ ਜ਼ਰੂਰ ਘਸਿਆ ਹੋਇਆ, ਬਾਕੀ ਪੱਤੀਆਂ ਵਗੈਰਾ ਦੀ ਕੰਡੀਸ਼ਨ ਵਧੀਆ ਪਈ ਹੈ। 48 ਪੱਤੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਅਤੇ ਇਹਦੇ ਮਾਲਕ ਵੀ ਨੇ ਰੇਟ ਰੱਖਿਆ ਜੋ ਰੋਟਾਵੀਟਰ ਦਾ ਉਹ 40,000 ਰੁਪਏ ਹੈ ਅਤੇ ਉਹਦਾ ਏਰੀਆ ਜੋ ਉਹ ਬਿਆਸ ਲਵੇ ਸ਼ਾਬਾ ਕਲਾਂ ਪਿੰਡ ਉਹਦਾ ਅਤੇ ਉਹਦਾ ਕੰਟੈਕਟ ਨੰਬਰ ਹੈ ਜੋ ਉਹ 62,393,10,795, ਜਿਸ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਸ ਰੋਟਾਵੀਟਰ ਨੂੰ ਖਰੀਦ ਸਕਦੇ ਹੋ। ਰੋਟਾਵੀਟਰ ਦੀ ਕੰਡੀਸ਼ਨ ਤੁਸੀਂ ਦੇਖ ਹੀ ਚੁੱਕੇ ਹੋ, ਵਧੀਆ ਕੰਡੀਸ਼ਨ ਪਈ ਹੈ ਰੋਟਾਵੀਟਰ ਦੀ। ਅਤੇ ਹੁਣ ਗੱਲ ਕਰਦੇ ਹਾਂ ਵੀਰ ਆਪਾਂ ਕੱਦੂ ਕਰਨ ਵਾਲੇ ਤਵਿਆਂ ਦੀ। ਇਹ ਕੱਦੂ ਕਰਨ ਵਾਲੇ ਝੋਨੇ ਵਾਲੇ ਵਾਹਨ 'ਚ ਕੱਦੂ ਕਰਨ ਵਾਲੇ ਤਵੇ ਹੈ ਵੀਰੋ। ਇਹ ਤਵੇ ਕਿਸਾਨ ਵੀਰੋ 2018 ਮਾਡਲ ਹੈ ਅਤੇ
ਜੋ ਤਵੇ 16 ਤਵੇ ਨੇ, 8 ਇੱਕ ਪਾਸੇ ਆ, 8 ਇੱਕ ਪਾਸੇ ਆ, ਅਤੇ ਬਾਕੀ ਰੰਗ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ, ਵਧੀਆ ਤਵਿਆਂ ਦੀ ਕੰਡੀਸ਼ਨ ਵੀ ਵਧੀਆ ਪਈ ਹੈ। ਅਤੇ ਇਸ ਤਵਿਆਂ ਦਾ ਜੋ ਰੇਟ ਰੱਖਿਆ ਮਾਲਕ ਵੀਰ ਨੇ ਉਹ 25,000 ਰੁਪਇਆ ਹੈ। ਮਾਲਕ ਦਾ ਏਰੀਆ ਵੀਰ ਰਾਜਪੁਰ ਹੈ, ਅਤੇ ਇਹਦਾ ਮੋਬਾਈਲ ਨੰਬਰ ਹੈ ਜੋ ਉਹ ਹੈ 94-191-22-319, ਜਿਹਦੇ ਉੱਪਰ ਤੁਸੀਂ ਕੰਟੈਕਟ ਕਰਕੇ ਇਸ ਤਵਿਆਂ ਨੂੰ ਖਰੀਦ ਸਕਦੇ ਹੋ। ਅਤੇ ਜੇ ਇਹਨਾਂ ਤਵਿਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੈ ਉਹ ਵੀ ਇਸ ਨੰਬਰ ਤੁਸੀਂ ਕਾਲ ਕਰ ਸਕਦੇ ਹੋ। ਹੁਣ ਗੱਲ ਕਰਦੇ ਆਪਾਂ ਕਿਸਾਨ ਵੀਰੋ ਟਰਾਲੀ ਬਾਰੇ। ਇਹ ਟਰਾਲੀ 2011 ਮਾਡਲ ਹੈ, ਅਤੇ 55 ਕਪੈਸੇ ਟਾਇਰ ਨੇ ਇਹਦੇ। ਟਰਾਲੀ ਦਾ ਸਾਈਜ਼ ਹੈ ਜੋ ਉਹ 13 ਫੁੱਟ ਤਾਂ ਲੰਮੀ ਹੈ ਅਤੇ 6.5 ਫੁੱਟ ਚੌੜੀ ਹੈ। ਡਬਲ ਟਾਇਰ ਨੇ, ਡਬਲ ਟਾਇਰੀ ਹੈ ਦੋਨੇ ਪਾਸੇ। ਅਤੇ ਬਾਕੀ ਰੰਗ ਵਗੈਰਾ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਵਧੀਆ ਪਈ ਹੈ। ਅੰਦਰੋਂ ਚਾਦਰ ਵਗੈਰਾ ਸਾਰੀ ਬਿਲਕੁਲ ਵਧੀਆ ਪਈ ਹੈ ਟਰਾਲੀ ਦੀ, ਕੋਈ ਜਰ ਜੁਰ ਨਹੀਂ ਇੰਨੀ, ਅੰਦਰੋਂ ਕਦੋਂ ਫੁੱਟੀ ਹੋਈ ਨਹੀਂ, ਵਧੀਆ ਪਈ ਹੈ ਅੰਦਰੋਂ ਚਾਦਰ ਵੀ ਬਿਲਕੁਲ। ਅਤੇ ਇਸ ਟਰਾਲੀ ਦੇ ਮਾਲਕ ਵੀਰ ਨੇ ਉਹ ਰੇਟ ਰੱਖਿਆ ਟਰਾਲੀ ਦਾ 1,15,000 ਰੁਪਇਆ ਰੇਟ ਹੈ, ਅਤੇ ਉਹਦਾ ਏਰੀਆ ਜੋ ਰਾਜਪੁਰਾ ਏਰੀਆ ਦਾ। ਮਾਲਕ ਵੀਰ ਦਾ ਕੰਟੈਕਟ ਨੰਬਰ ਹੈ ਜੋ ਵੀਰ ਉਹ ਹੈ 94-171-22-319। ਧੰਨਵਾਦ ਕਿਸਾਨ ਵੀਰੋ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ, ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਰਹੇ। ਅਤੇ ਨਾਲ ਹੀ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਅਤੇ ਬਾਕੀ ਵੀ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ। ਨਾਲ ਹੀ ਲਾਈਕ ਕਰਕੇ ਸਾਨੂੰ ਦੱਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ।